ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਲਾਲ ਘਨੌਰ ਅਤੇ ਅੱਜ ਅਸੀਂ ਪਟਿਆਲਾ ਦੇ ਜਿਹੜੇ PSPCL ਬਿਜਲੀ ਬੋਰਡ ਜਿਹੜਾ ਦਫ਼ਤਰ ਆ ਉਹਦੇ ਵਿੱਚ ਸਾਰੇ ਇਕੱਠੇ ਹੋਏ ਹਾਂ। ਚੇਅਰਮੈਨ ਸਾਹਿਬ, ਬਾਕੀ ਸਾਰਾ ਜਿਹੜਾ ਸਟਾਫ ਹੈ ਅਤੇ ਬਿਜਲੀ ਬੋਰਡ ਦਾ ਜਿਹੜਾ ਸਪੋਰਟਸ ਵਿੰਗ ਆ, ਜੋ ਪਿਛਲੀਆਂ ਸਰਕਾਰਾਂ ਦੁਆਰਾ 2017 ਦੇ ਵਿੱਚ ਇਹਨੂੰ ਬੰਦ ਕਰਨ ਦਾ ਇੱਕ ਨੋਟੀਫਿਕੇਸ਼ਨ ਆਇਆ ਸੀ ਵੀ ਜਿਹੜਾ ਸਪੋਰਟਸ ਸੈੱਲ ਆ ਆਪਾਂ ਬਿਜਲੀ ਬੋਰਡ ਦੇ ਵਿੱਚੋਂ ਬੰਦ ਕੀਤਾ ਜਾਵੇ, ਪਰ ਲਗਾਤਾਰ ਜਦੋਂ ਜਹਿਦ ਤੋਂ ਬਾਅਦ 5 ਸਾਲ ਜਦੋਂ ਜਹਿਦ ਚੱਲਦੀ ਰਹੀ, ਸਾਰਾ ਡਿਪਾਰਟਮੈਂਟ ਜਿਹੜਾ, ਸਾਰੇ ਸਪੋਰਟਸਮੈਨ, ਚੇਅਰਮੈਨ ਸਾਹਿਬ ਸਾਰਿਆਂ ਨੇ ਵਾਰ ਵਾਰ ਕੋਸ਼ਿਸ਼ਾਂ ਕਰਦੇ ਰਹੇ, ਪਰ ਕਿਸੇ ਨੇ ਇਹਨਾਂ ਦੀ ਗੱਲ ਜਿਹੜੀ ਉਹ ਨੇਪਰੇ ਨਹੀਂ ਚੜ੍ਹੀ ਜਾਂ ਸਿਰੇ ਨਹੀਂ ਚੜ੍ਹੀ ਆਪਾਂ ਜਿਹੜਾ ਸਪੋਰਟਸ, ਕਿਉਂਕਿ ਬਿਜਲੀ ਬੋਰਡ ਦੀ ਸਪੋਰਟਸ ਦਾ ਇੱਕ ਅਲੱਗ ਇਤਿਹਾਸ ਆ। ਚਾਹੇ ਉਹ ਪੰਜਾਬ ਦੇ ਵਿੱਚ ਕਬੱਡੀ ਟੀਮ ਸੀ, ਚਾਹੇ ਉਹ ਫੁੱਟਬਾਲ ਟੀਮ ਹੈ, ਚਾਹੇ ਉਹ ਹਾਕੀ ਟੀਮ ਹੈ, ਚਾਹੇ ਉਹ ਅਥਲੈਟਿਕਸ ਦੇ ਨੇ, ਬਿਜਲੀ ਬੋਰਡ ਨੇ ਬੌਕਸਿੰਗ ਦੇ ਅਲੱਗ ਅਲੱਗ ਗੇਮਾਂ ਦੇ ਵਿੱਚ ਓਲੰਪੀਅਨ ਅਰਜਨ ਵਾਡੀ, ਮਹਾਰਾਜਾ ਰਣਜੀਤ ਸਿੰਘ ਵਾਡੀ ਜਿਹੜੇ ਪੈਦਾ ਕੀਤੇ, ਪਰ 2017 ਦੇ ਵਿੱਚ ਇੱਕ ਜਦੋਂ ਨੋਟੀਫਿਕੇਸ਼ਨ ਆਇਆ ਸੀ ਵੀ ਆਪਾਂ ਇਹ ਜਿਹੜਾ ਸਪੋਰਟਸ ਸੈੱਲ ਬੰਦ ਕਰਨਾ, ਤਾਂ ਸਾਨੂੰ ਪਤਾ ਉਦੋਂ ਅਸੀਂ ਸਾਰੇ ਹੀ, ਬੇਸ਼ੱਕ ਮੈਂ ਬਿਜਲੀ ਬੋਰਡ ਦੇ ਵਿੱਚ ਨਹੀਂ, ਪਰ ਸਾਡਾ ਇੱਕ ਸਪੋਰਟਸ ਦਾ, ਖੇਡਾਂ ਦਾ ਇੱਕ ਪਿਆਰ ਆ। ਫਿਰ ਕੁਛ ਦਿਨ ਪਹਿਲੇ ਤਕਰੀਬਨ ਪਿਛਲਾ ਸਾਡਾ ਜਦੋਂ ਸੈਸ਼ਨ ਚੱਲਦਾ ਸੀ, ਤਾਂ ਸਾਡੇ ਅਮਰਿੰਦਰ ਹਰਾ ਨੇ ਇਹ ਸਾਰਿਆਂ ਨੇ ਇੱਕ ਗੱਲ ਮੇਰੇ ਨਾਲ ਬਹਿ ਕੇ ਸ਼ੇਅਰ ਕੀਤੀ ਵੀ ਆਪਾਂ ਜੇ ਬਿਜਲੀ ਬੋਰਡ ਦੇ ਵਿੱਚ ਦੁਬਾਰਾ ਸਪੋਰਟਸ ਸਰਵਾਈਵ ਕਰਾ ਦਈਏ। ਫਿਰ ਅੱਗੇ ਮੈਂ ਮਾਨ ਸਾਹਿਬ ਨਾਲ ਸਾਡੇ ਬਿਜਲੀ ਬੋਰਡ ਦੇ ਮਿਨਿਸਟਰ, ਸਾਡੇ ETO ਹਰਭਜਨ ਸਿੰਘ ਜੀ, ਚੇਅਰਮੈਨ ਸਾਹਿਬ, ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ। ਸਪੈਸ਼ਲੀ ਕਲਤਾਰ ਸਿੰਘ ਜੀ ਸੰਧਵਾ ਸਾਹਿਬ, ਸਪੀਕਰ ਸਾਹਿਬ, ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਵਿਸ਼ਵਾਸ ਦਿਵਾਇਆ ਅਤੇ ਅਸੀਂ ਸਾਰਿਆਂ ਨੇ ਰਲ ਕੇ ਮਿਹਨਤ ਕੀਤੀ, ਤਾਂ ਪਹਿਲੀ ਝੱਟੇ ਆਪਾਂ ਕਹਿ ਸਕਦੇ ਹਾਂ ਕਿ ਬਿਜਲੀ ਜਿਹੜਾ ਆਪਣਾ ਸੈੱਲ ਸੀ ਰਿਵਾਈਵ ਹੋ। ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਵੀ ਆਪਾਂ ਜਵਾਨੀ ਨੂੰ ਬਚਾਉਣਾ, ਪੰਜਾਬ ਨੂੰ ਆਪਾਂ ਖੇਡਾਂ ਦੇ ਖੇਤਰ ਦੇ ਵਿੱਚ ਅੱਗੇ ਲੈ ਕੇ ਜਾਣਾ, ਸਿੱਖਿਆ ਦੇ, ਐਜੂਕੇਸ਼ਨ ਦੇ, ਹੈਲਥ ਦੇ ਮਾਮਲੇ ਦੇ ਵਿੱਚ ਆਪਾਂ ਤੰਦਰੁਸਤ ਪੰਜਾਬ ਬਣਾਉਣਾ ਜੋ ਸਾਡਾ ਸੀ। ਸੋ ਅੱਜ ਅਸੀਂ ਉਸ ਸੰਬੰਧ ਦੇ ਵਿੱਚ ਇੱਥੇ ਇੱਕ ਪੰਜਾਬ ਸਰਕਾਰ ਦਾ ਕਹਿ ਸਕਦੇ ਹਾਂ ਧੰਨਵਾਦ ਕਰਨ ਦੇ ਲਈ, ਕਿਉਂਕਿ ਜਿਨ੍ਹਾਂ ਸਾਡੇ ਭਰਾਵਾਂ ਨੇ, ਸਪੋਰਟਸਮੈਨਾਂ ਨੇ ਬੜਾ ਲੰਮਾ ਸਮਾਂ ਫਾਈਲਾਂ ਹੱਥਾਂ ਦੇ ਵਿੱਚ ਲੈ ਕੇ ਦਫ਼ਤਰਾਂ ਦੇ ਗੇੜੇ ਲਾਏ, ਪਰ ਗੱਲ ਨਹੀਂ ਬਣੀ, ਅੱਜ ਉਹਨਾਂ ਦਾ ਵੀ ਇਹਦੇ ਵਿੱਚ ਧੰਨਵਾਦ ਕਰਨਾ ਬਣਦਾ, ਕਿਉਂਕਿ ਲੰਮੀ ਜੱਦੋ ਜਹਿਦ ਤੋਂ ਬਾਅਦ, 5 ਸਾਲ ਦੀ ਜੱਦੋ ਜਹਿਦ ਤੋਂ ਬਾਅਦ ਦੁਬਾਰਾ ਇੱਕ ਬਿਜਲੀ ਬੋਰਡ ਦੇ ਵਿੱਚ ਖੇਡਾਂ ਦਾ ਮਾਹੌਲ ਬਣਿਆ, ਸਾਰੇ ਜਿਹੜੇ ਪੁਰਾਣੇ ਖਿਡਾਰੀ ਨੇ ਸਾਰੇ ਅੱਜ ਇੱਥੇ ਆਏ ਵੀ ਨੇ, ਅਤੇ ਅਸੀਂ ਇਸੇ ਸੰਬੰਧ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਹੈ। ਬਿਲਕੁਲ ਹੋਣਗੇ, ਆਪਾਂ ਜਲਦੀ ਮਾਨ ਸਾਹਿਬ ਤੋਂ ਪਰਮਿਸ਼ਨ ਲੈ ਕੇ ਕਿ ਆਪਾਂ ਨਵੇਂ ਜਿਹੜਾ ਪੰਜਾਬ ਦਾ ਯੂਥ ਹੈ, ਖੇਡਾਂ ਦਾ ਯੂਥ ਹੈ, ਜਿਹੜੇ ਸਾਡੇ ਖਿਡਾਰੀ ਨੇ ਖੇਲੋ ਇੰਡੀਆ ਦੇ ਵਿੱਚ ਖੇਡ ਕੇ ਆਏ ਨੇ, ਨੈਸ਼ਨਲ ਦੇ ਵਿੱਚ ਖੇਡ ਕੇ ਆਏ ਨੇ, ਸੀਨੀਅਰ ਨੈਸ਼ਨਲ ਦੇ ਵਿੱਚ ਖੇਡ ਕੇ ਆਏ ਨੇ, ਜਾਂ ਇੰਟਰਨੈਸ਼ਨਲ ਦੇ ਵਿੱਚ ਖੇਡ ਕੇ ਆਏ, ਕਹਿੰਦੇ ਜੋ ਬਿਜਲੀ ਬੋਲਦੀ ਪਹਿਲਾਂ ਪਿਰਤ ਰਹੀ ਆ, ਕਿਉਂਕਿ ਜਦੋਂ ਕੋਈ ਬੱਚਾ ਨੈਸ਼ਨਲ ਇੰਟਰਨੈਸ਼ਨਲ ਦੇ ਵਿੱਚੋਂ ਮੈਡਲ ਲੈ ਕੇ ਆਉਂਦਾ ਸੀ, ਤਾਂ ਨਾਲ ਦੀ ਨਾਲ ਹੀ ਉਹਨੂੰ ਬਿਜਲੀ ਬੋਰਡ ਅਤੇ ਪੰਜਾਬ ਪੁਲਿਸ, ਮੰਡੀਕਰਨ ਬੋਰਡ, ਪੈਪਸੂ, ਇਹ ਸਾਡੀਆਂ ਮਹਿਕਮਿਆਂ ਦੀਆਂ ਟੀਮਾਂ ਸੀ। ਸੋ ਇੱਕ ਮਹਿਕਮੇ ਦੀ ਮੈਨੂੰ ਤਾਂ ਲੱਗਦਾ ਅੱਜ ਸਾਰੇ ਡਿਪਾਰਟਮੈਂਟ ਨੂੰ ਜਿਹੜੀ ਆ, ਬਿਜਲੀ ਬੋਰਡ ਦਾ ਜਿਹੜਾ ਡਿਪਾਰਟਮੈਂਟ ਹੈ, ਸਾਰਿਆਂ ਨੂੰ ਮੇਰੇ ਵੱਲੋਂ ਵੀ ਲੱਖ ਲੱਖ ਦੇ ਇੱਦਾਂ ਦੇ ਖਿਡਾਰੀਆਂ ਨੂੰ ਵੀ ਲੱਖ ਲੱਖ ਮੁਬਾਰਕਾਂ ਕਿ ਸਾਡੀ ਜਿਹੜੀ ਸਪੋਰਟਸ ਦੀ ਅੱਜ ਇੱਕ ਜਿੱਤ ਹੋਈ, ਸਾਡੀ ਆਵਾਜ਼ ਜਿਹੜੀ ਉੱਪਰ ਤੱਕ ਗਈ, ਅਤੇ ਬੜੀ ਜਲਦੀ ਆਪਾਂ ਪਰਮਿਸ਼ਨ ਲੈ ਕੇ ਜਿੰਨੇ ਵੀ ਸਪੋਰਟਸਮੈਨ ਦੇ ਆਪਾਂ ਨੂੰ ਅਲੱਗ ਅਲੱਗ ਗੇਮਾਂ ਦੇ ਵਿੱਚ ਆਪਾਂ ਲੈ ਕੇ, ਤਾਂ ਆਪਾਂ ਜਲਦੀ ਜਿਹੜਾ ਇਹ 'ਚ ਨਵੀਆਂ ਟੀਮਾਂ ਬਣਾਵਾਂ। ਆਪਾਂ ਸਪੋਰਟਸ ਡਿਪਾਰਟਮੈਂਟ ਦੀ ਗੱਲ ਕਰ ਰਹੇ ਹਾਂ, ਬਟ ਬਿਨਾਂ ਫੰਡਿੰਗ ਤੋਂ ਜਿਹੜਾ ਹੈਗਾ, ਪਹਿਲਾਂ ਹੀ ਗਰਾਊਂਡ ਦਾ ਬੁਰਾ ਹਾਲ ਹੈ, ਇਨਫਰਾਸਟ੍ਰਕਚਰ ਦਾ ਜਿਹੜਾ ਉਹ ਨਹੀਂ ਹੈਗਾ, ਅਤੇ ਬਿਨਾਂ ਫੰਡਿੰਗ ਤੋਂ ਮਰਜ਼ੀ ਪਿੱਛਾ ਕਰਦੇ ਨੇ, ਕੋਈ ਫੰਡਿੰਗ ਦਾ ਵੀ ਕੋਈ ਤੁਸੀਂ ਫਾਈਨੈਂਸ਼ੀਅਲ? ਮੈਂ ਕਿਹਾ ਜੀ ਬਿਲਕੁਲ, ਜਿਹੜਾ ਸਪੋਰਟਸ ਆ, ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋਗੇ ਕਿ ਨਵੀਆਂ ਪਾਲਿਸੀਆਂ ਲੈ ਕੇ ਖੇਡਾਂ ਦੇ ਖੇਤਰ ਦੇ ਵਿੱਚ ਸਾਡਾ ਸਪੋਰਟਸ ਮਿਨਿਸਟਰ, ਛੋਟਾ ਭਰਾ ਸਾਡਾ ਮੀਤੇਅਰ, ਉਹ ਵੀ ਦਿਨ ਰਾਤ ਲੱਗਾ ਹੋਇਆ, ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਸਕੀਮ, ਜਿਹੜੀ ਪਾਲਿਸੀ ਉੱਪਰੋਂ ਚੱਲਦੀ, ਉਹ ਖਿਡਾਰੀਆਂ ਤੱਕ ਪਹੁੰਚ ਸਕੇ। ਆਪਾਂ ਬਹੁਤ ਜ਼ਿਆਦਾ, ਜਿਵੇਂ ਆਪਾਂ ਪਹਿਲਾਂ ਬਿਲਡਿੰਗਾਂ ਬਣਾਉਣ 'ਤੇ ਜ਼ੋਰ ਦਿੱਤਾ ਸੀ, ਆਪਾਂ ਬਿਲਡਿੰਗਾਂ ਬਣਾਉਣ 'ਤੇ ਨਹੀਂ, ਅਸੀਂ ਬੱਚਿਆਂ ਨੂੰ ਬਿਲਡ ਕਰਨ ਦੇ ਉੱਤੇ ਜ਼ੋਰ ਦਈਏ ਕਿ ਉਹਨਾਂ ਦਾ ਜੋ ਰੂਟੀਨ ਦਾ ਖਰਚਾ ਜਾਂ ਉਹਨਾਂ ਦੀ ਡਾਇਟ ਦਾ ਜਿਹੜਾ ਖਰਚਾ, ਉਹ ਆਪਾਂ ਉਹਨਾਂ ਤੱਕ ਪਹੁੰਚਾਈਏ, ਕਿਉਂਕਿ ਸਪੋਰਟਸ ਵਿੰਗ ਬਹੁਤ ਚੱਲਦੇ ਸੀ ਪਹਿਲਾਂ। ਕੋਈ ਵੀ ਜਿਹੜਾ ਬੰਦਾ ਧਰਨਾ ਨਹੀਂ ਲਗਾਏਗਾ, ਸਾਡੇ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਵੀ ਧਰਨਾ ਲੱਗਿਆ ਪਿਆ,
ਨਹੀਂ ਲੱਗਦਾ ਕਿ ਉਹਨਾਂ ਦਾ ਮਸਲਾ ਹੱਲ ਹੋਊਗਾ। ਪੂਰੇ ਪਟਿਆਲੇ ਵਿੱਚ ਹੁਣ ਧਰਨੇ ਦਾ ਘਰ ਬਣ ਚੁੱਕਾ, ਸਾਰੇ ਪਾਸੇ ਧਰਨੇ ਲੱਗ ਰਹੇ ਨੇ, ਅਤੇ ਕੋਈ ਹੱਲ ਹੋਊਗਾ ਖਾਸ ਤੌਰ 'ਤੇ? ਤੁਸੀਂ ਇਹ ਵੇਖਿਆ ਹੋਣਾ ਕਿ ਪਹਿਲੀ ਸਰਕਾਰ ਸੀ ਜਿਹੜੇ ਅਜੇ ਪਹਿਲੇ 3-3.5 ਮਹੀਨਿਆਂ ਦੇ ਵਿੱਚ ਆਪਾਂ ਤਕਰੀਬਨ ਮੰਨ ਲਓ ਤਾਂ 40-50 ਹਜ਼ਾਰ ਨੌਕਰੀ ਦੇ ਨੇੜੇ ਤੇੜੇ ਦੇਈ ਬੈਠੇ, 35-36 ਹਜ਼ਾਰ ਜਿਹੜਾ ਆਪਾਂ ਕੱਚਿਆਂ ਤੋਂ ਪੱਕੇ ਵੀ ਮੁਲਾਜ਼ਮ ਕੀਤੇ ਆ। ਅਤੇ ਹੁਣ ਆਪਾਂ ਜੇ ਕਹਿ ਦਈਏ ਕਿ ਆਪਾਂ 70 ਸਾਲ ਦੀ ਜਿਹੜੀ ਲੋਕਾਂ ਦੀਆਂ ਮੁਸ਼ਕਲਾਂ ਨੇ ਆਪਾਂ 70 ਦਿਨਾਂ ਦੇ ਵਿੱਚ ਤਾਂ ਲੋਕਾਂ ਦੀ ਲੋੜ ਹੈ, ਸਪੋਰਟਸਮੈਨਾਂ ਦੀ ਲੋੜ ਹੈ, ਨੌਕਰੀਆਂ ਸਾਨੂੰ ਪੈਦਾ ਵੀ ਕਰਨੀਆਂ ਪੈਣਗੀਆਂ, ਚਾਹੇ ਆਪਾਂ ਪ੍ਰਾਈਵੇਟ ਇੰਡਸਟਰੀਆਂ ਲੈ ਕੇ ਆਈਏ, ਚਾਹੇ ਜਿਵੇਂ ਆਪਾਂ ਖੇਡਾਂ ਦੇ ਖੇਤਰ ਦੇ ਵਿੱਚ ਵੀ ਪ੍ਰਾਈਵੇਟ ਅਦਾਰਿਆਂ ਤੋਂ ਜਿੱਦਾਂ ਪਹਿਲਾਂ JCT ਪਵਾੜਾ ਟੀਮ ਬਣਾਉਂਦੀ ਸੀ ਫੁੱਟਬਾਲ ਦੀ, ਆਪਾਂ ਨੂੰ ਸਾਰੇ ਇਹਨਾਂ ਨੂੰ ਵੀ ਆਪਾਂ ਨੂੰ ਨਾਲ ਲੈ ਕੇ ਤੁਰਨਾ ਪਵੇਗਾ। ਇਹ ਨਾਲ ਚੱਲਣ ਨੂੰ ਸਹਿਯੋਗ ਕਰਨ ਨੂੰ ਵੀ ਤਿਆਰ ਨੇ, ਪਰ ਆਪਾਂ ਕਾਹਲੀ ਕਰਕੇ ਆਪਾਂ ਨੂੰ ਕੁਛ ਨਹੀਂ ਹੈਗਾ। ਧਰਨੇ ਇੱਕ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦਾ ਜ਼ਰੀਆ ਹੁੰਦੇ, ਅਤੇ ਅਸੀਂ ਤਾਂ ਇਹਨਾਂ ਦੀ ਆਵਾਜ਼ ਪਹਿਲਾਂ ਸਾਨੂੰ ਤਿਆਰ ਬੈਠੇ ਹਾਂ, ਪਰ ਕੁਛ ਗੱਲਾਂ ਨੂੰ ਆਪਾਂ ਨੂੰ ਟਾਈਮ ਵੀ ਦੇਣਾ ਪਵੇਗਾ। ਹੁਣ ਆਪਾਂ ਕਹਿ ਦਈਏ ਕਿ 70 ਸਾਲ ਦੀ ਲੜਾਈ ਆਪਾਂ 70 ਦਿਨਾਂ ਦੇ ਵਿੱਚ ਨਹੀਂ ਹੱਲ ਹੋਣੀ, ਆਪਾਂ ਨੂੰ ਥੋੜ੍ਹਾ ਟਾਈਮ ਲੈਣਾ ਹੀ ਪੈਣਾ। ਹਾਂ, ਜਿਹੜਾ ਤੁਹਾਡੇ ਨਾਲ ਵਾਅਦਾ ਕੀਤਾ, ਜਿਹੜਾ 300 ਯੂਨਿਟ ਬਿਜਲੀ ਦਾ ਵਾਅਦਾ ਕੀਤਾ ਸੀ ਤੁਹਾਡੇ ਨਾਲ ਪਿਛਲੇ ਮਹੀਨੇ 1 ਤਰੀਕ ਤੋਂ ਹੀ ਸ਼ੁਰੂ ਕਰ ਲਿਆ, ਜਿੰਨੇ ਤੁਹਾਡੇ ਨਾਲ ਵਾਅਦੇ ਕੀਤੇ ਆ ਪੂਰੇ ਕਰ ਗਏ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।